ਨਹੀਂ ਮੇਰਾ ਹੈ ਸਾਰਾ ਕੰਮ ਗਾਇਸ ਮੇਰੇ ਨਾਖੂਨ ਮਾਤਾ ਸੋ ਗਾਇਸ ਓਏ ਗਾਲੀਆਂ ਦੇ ਘਾਟ ਤੇ ਰੱਖੀ ਹਾਂ ਤੇ ਮਜ਼ਾ ਨਹੀਂ ਆਦਾ ਬੜਾ ਮਜ਼ਾ ਵੈਲਕਮ ਟੂ ਸਾਡੇ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਵਲੌਗ ਸਪੈਸ਼ਲ 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 ਮਹਿਰੀਨ ਬਾਜੂ ਨੇ ਬਣਵਾਇਆ ਕਹਿੰਦੇ ਵਲੌਗ ਸਟਾਰਟ ਕਰੋ ਮੈਂ ਤੁਹਾਨੂੰ ਕੁਛ ਦੱਸਣਾ ਅਤੇ ਅਸੀਂ ਕੀ ਵਲੌਗ ਸਟਾਰਟ ਕਰਕੇ ਤਾਂ ਪੁੱਛਣੇ ਹਾਂ ਜੀ ਬਾਜੀ ਕੁਛ ਦਿਖਾਉਣਾ ਹੈ ਅੰਮੀ ਜੀ ਨੂੰ ਮਦਰ ਡੇ 'ਤੇ ਮੈਂ ਦਿਖਾਉਣਾ ਸੀ ਲੇਕਿਨ ਪੈਸੇ ਥੋੜ੍ਹੇ ਜਿਹੇ ਨਾ ਗੁੰਮ ਸ਼ੁੰਮ ਹੋ ਗਏ ਅੱਗੇ ਪਿੱਛੇ ਹੋ ਗਿਆ ਅਤੇ ਉਸ ਟਾਈਮ ਲਿਆ ਨਹੀਂ ਸਕੀ ਅਤੇ ਹੁਣ ਮੈਂ ਅੰਮੀ ਜੀ ਨੂੰ ਦੇ ਦਿੱਤੀ ਵੇਟ ਕਰੋ ਗੜੀ ਦੇਖ ਲੋ ਟਿਕ 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 ਇਹ ਦੇਖੇ ਇਹ ਕੀ ਹੈ ਵਾਓ ਮੰਮੀ ਵਾਸਤੇ ਸਪੀਕਰ ਲੈ ਕੇ ਆਈ ਹੈ ਤੂੰ ਜਦੋਂ ਮਾਰੇ ਖਾਂਚੀ ਮਾਰ ਤੈਨੂੰ ਮਾਰਾਂ ਬੋਲੋ ਹੁਣ ਭਾਈ ਇੱਕ ਮਿੰਟ ਰੁਕੋ ਮੈਂ ਥੋੜੇ ਦੇ ਪਿੱਛੇ ਜਾ ਰਿਹਾ ਹਾਂ ਡੱਬਾ ਤੋਂ ਸਪੀਕਰ ਹੀ ਕਰਨਾ ਹੈ ਹੋਰ ਤੇ ਨਹੀਂ ਹੁਣ ਠੀਕ ਹੋ ਗਿਆ ਅਬ ਠੀਕ ਹੈ ਨਹੀਂ ਲੱਗਿਆ ਮੈਂ ਇਸ ਲਈ ਸਪੀਕਰ ਵਾਲੇ ਬੋਕਸ ਤੇ ਉੱਤੇ ਰੈਪਰ ਵੀ ਨਹੀਂ ਲਵਾਉਂਗੀ ਹਾਂ ਇਸ ਲਈ ਤਾਂ ਕਹਿ ਰਹੀ ਹਾਂ ਪੈਸੇ ਥੋੜੇ ਜਿਹਾ ਐਂਡ ਟਾਈਮ ਤੇ ਪੈਸੇ ਖਤਮ ਨਹੀਂ ਤੇ ਇਹਦੇ ਵਿੱਚ ਉਹ ਸੂਟ ਤਾਂ ਹੋਰ ਨਹੀਂ ਸਕਦਾ ਜੋ ਕੁਛ ਵੀ ਹੋਏਗਾ ਇਹਨੂੰ ਕੁੱਟ ਪਏਗੀ ਮੈਨੂੰ ਇੰਝ ਪੁੱਛਣ ਦੇ ਜੇ ਮੈਂ ਗਵਾਂਢ ਚ ਰਹਿੰਦੀ ਸਾਂ ਇਹਨੇ ਖੋਲ ਕੇ ਤਾਂ ਦਿਖਾਓ ਮੂੰਹ ਪਹਿਲੇ ਕਰ ਲਿਆ ਉਹ ਥੱਲੇ ਡਿੱਗ ਗਿਆ ਚੁੱਕ ਪੈਸੇ ਇਹਨੇ ਸਾਰੇ ਕਰ ਛੱਡੇ ਤਬ ਤਬ ਅਮੀ ਇੰਝ ਨਹੀਂ ਕਰੀਦਾ ਗਿਫਟ ਲੈ ਕੇ ਆਈ ਦਿਨ ਰਾਤ ਅਸੀਂ ਖਾਂਦੇ ਆ ਮਜ਼ਾਕ ਕਰ ਰਹੀ ਹੁਣ ਕੀ ਹੋ ਗਿਆ ਔਰ ਪੈਸੇ ਲਾਣੇ ਸਾਰੇ ਨਾ ਲੋਕ ਦੇਖਦੇ ਹੋ ਕਿੰਨੀ ਮਾਵਾਂ ਨੂੰ ਉਹ ਚੀਜ਼ਾਂ ਲੈ ਲੈ ਦਿੰਦੇ ਨੇ ਤੇ ਮੈਨੂੰ ਦੇ ਦਿਓ ਸ਼ਾਮ ਨੂੰ ਪੁੱਛਣਾ ਮੈਨੂੰ ਮਾਰ ਮਾਰ ਕੇ ਲਾਲ ਕਰ ਦੋ ਆਪਣੇ ਬਚਪਨ ਦੀ ਗੱਲ ਨਾ ਦੱਸੋ ਸਾਡੇ ਬਚਪਨ ਦੀਆਂ ਗੱਲਾਂ ਹੁੰਦੀਆਂ ਸਾਡੇ ਬਚਪਨ ਬਿਸਕੁਟ ਸਾਰੀਆਂ ਚੀਜ਼ਾਂ ਕਹਿੰਦੀਆਂ ਇੱਕ ਬਿਸਕੁਟ ਨਹੀਂ ਕਹਿੰਦੇ ਗੁਲਾਮਾਂ ਨੂੰ ਪ੍ਰੋਗਰਾਮ ਤੋਂ ਵੱਢ ਗਿਆ ਭਾਈ ਮੈਂ ਕਿੰਨੇ ਨੂੰ ਖੜਾ
ਕੁਛ ਪਿਆ ਤੂੰ ਇਹ ਦੇਖਦੇ ਨਹੀਂ ਮੇਰਾ ਸਾਰਾ ਕੁਖ ਜ਼ਲੀਲ ਹੋ ਗਿਆ ਬੰਦਾ ਨਹੀਂ ਆ ਕੀ ਕਹਿੰਦਾ ਸਰ ਉੱਥੇ ਬੈ ਕੇ ਗੱਲ ਕਰ ਲੈ ਮੈਂ ਚੱਲਦੀ ਆ ਚੱਲ ਨਹੀਂ ਬੋਲਦੀ ਇਹਨਾਂ ਲੋਕਾਂ ਨਾਲ ਚੱਲ ਭਾਈ ਕੈਮਰਾ ਕਿੱਧਰ ਕਿੱਧਰ ਮੈਂ ਹੋ ਰਿਹਾ ਹਾਂ ਤੈਨੂੰ ਆਪਣੀ ਪਈ ਹੈ ਚਾਹੇ ਵੀ ਆ ਗਿਆ ਗਰਮਾ ਗਰਮ ਇਹ ਜ਼ਿਆਦਾ ਮਜ਼ੇਦਾਰ ਓਏ ਦੋ ਚਾਕਲੇਟ ਸਨ ਮੈਨੂੰ ਪਤਾ ਹੀ ਹੈ ਲੁਕਾਈਆਂ ਵੇ ਲੁਕਾ ਮੈਂ ਰੀਨ ਬਾਜੀ ਨੇ ਅੱਜ ਸੁਖਰੀਆਂ ਸੁਖਰੀਆਂ ਬੜੀਆਂ ਲਾਈਆਂ ਨੂੰ ਖੈਰ ਸੀ ਕਿੱਥੇ ਚੱਲ ਰਿਹਾ ਐਲੋਵੇਰਾ ਲਾਈਏ ਇਹ ਖਾਂਦੀ ਹੋਈ ਹੋਟਾ ਤੇ ਲਾ ਕੇ ਬਹਿ ਗਈ ਅਮੀ ਮੇਰਾ ਵੀ ਹਿੱਸਾ ਨਿਕਾਲਣਾ ਇਸ ਵਿੱਚ ਮੈਂ ਤੈਨੂੰ ਸਦਕਾ ਨਾ ਲੈ ਮੈਂ ਵੀ ਖਾਣਾ ਹੈ ਹੈ ਬਸ ਲੇਟਰ ਮਜ਼ੇਦਾਰ ਇੱਕ ਮੈਨੂੰ ਦੇ ਦੇ ਕੀ ਚੀਜ਼ ਰਸ ਕੁੱਟੀ ਬਦਤਮੀਜ਼ਾ 10 ਰੁਪਏ ਵੀ ਨਹੀਂ ਮੈਂ ਖਾ ਸਕਦਾ ਭਾਈ ਇਹ ਵੋ ਗੇਮ ਹੈ ਇੱਥੇ ਫੜੋ ਤੇ ਇੱਥੇ ਫੜ ਲਓ ਇੱਥੇ ਫੜੋ ਤੇ ਇੱਥੇ ਫੜ ਲਓ ਇੱਥੇ ਫੜੋ ਤੇ ਇੱਥੇ ਖਾਵਾਂਗੇ ਫਿਰ ਤੇਰੇ ਕੋ ਪਕੜਾਂਗਾ ਟੁੱਟ ਗਿਆ ਮੇਰੀ ਟੁੱਟ ਗਿਆ ਵਿਚਾਰਾ ਇਹ ਮਜ਼ਾਕ ਤੇ ਇਲਾਵਾ ਵੀ ਟੁੱਟ ਗਿਆ ਮੈਂ ਵੀ ਬਦਤਮੀਜ਼ ਆਈ ਵਿਲ ਮੇਰੀ ਤਰਫ ਸੇ ਆਪਕੋ ਢੇਰੋ ਪਿਆਰ ਮੁਹੱਬਤ ਦੁਆਏ ਬਹੁਤ ਕੁਛ ਤੂੰ ਕੁਛ ਦਿੱਤਾ ਚੀਜ਼ਾਂ ਦੇਣ ਨਾਲ ਪਿਆਰ ਨਹੀਂ ਜ਼ਾਹਿਰ ਹੁੰਦਾ ਮੈਂ ਤੁਹਾਨੂੰ ਪੱਖੇ ਤੇ ਫੁੱਲ ਆ ਕੇ ਦੱਸਾਂ ਮੈਂ ਕਿੰਨਾ ਪਿਆਰ ਕਰਨਾ ਦੇਖ ਲੈ ਕਿੱਡੀ ਹਾਏ ਮੈਂ ਵੀ ਚਾਰ ਨੂੰ ਕੋ ਚਾਰ ਚੀਜ਼ਾਂ ਲਿਆ ਦਾਂਗੀ ਮੈਨੂੰ ਵੀ ਇੰਜ ਹੀ ਕਿਹੜਾ ਚਾਰ ਚੀਜ਼ਾਂ ਨੇ ਤੂੰ ਲੈ ਕੇ ਆ ਇਹ ਡੱਬਾ ਮੈਂ ਤਰਮਾਨੇ ਮੇਰੇ ਨਾਲ ਨਹੀਂ ਤੂੰ ਵੱਡੀ ਐ ਤੂੰ ਵੱਡਾ ਡੱਬਾ ਲੈ ਗਾਇਜ਼ ਮੇਰੇ ਨਾਖੂਨ ਮਾਤਾ ਸੋ ਗਾਇਜ਼ ਮੇਰੀ ਛੁੱਟੀ ਵੱਜ ਗਈ ਓ ਕਿੱਡਾ ਜ਼ੋਰ ਦੀ ਲੱਗਾ ਏ ਇਹ ਪਾਗਲ ਜੰਗਲੀਆਂ ਵਾਂਗੂ ਪੈ ਗਈ ਮੈਨੂੰ ਗਾਇਜ਼ ਮੇਰੀ ਛੁੱਟੀ ਵੱਜ ਗਈ ਬਿੱਲਾ ਨੇ ਮੈਨੂੰ ਕੀ ਦਿੱਤਾ ਬਿੱਲਾ ਨੇ ਦਿੱਤਾ ਤੁਹਾਨੂੰ ਇੱਥੇ ਬਿੱਲਾ ਕੀ ਦਿੱਤਾ ਈ ਮੈਨੂੰ ਆ ਜਾ ਉਮਰ ਬਿੱਲਾ ਚਲੋ ਜੀ ਉਮਰ ਭਾਈ ਨੇ ਜੁਆਇਨ ਕਰ ਲਿਆ ਭਾਈ ਮੈਂ ਕਿੱਥੇ ਕਿੱਥੇ ਕੈਮਰਾ ਕਰਾਂ ਜ਼ੋਰ ਸੇ ਬੋਲੋ ਖੋਲੋ ਖੋਲੇ ਸਾਰਾ ਨੂੰ ਰਾਜ਼ੀ ਕਰੇਗੀ ਮਦਰਸ ਡੇ ਤੇ ਰਸ ਪਹਿਲੇ ਲਿਆ ਸੀ ਮੇਰੀ ਨੇ ਦੂਸਰਾ ਵੀ ਮੇਰੇ ਵੱਲ ਕਰਤਾ ਮੈਂ ਵੀ ਲੈ ਲੈ ਬੱਚੇ ਨੂੰ ਪ੍ਰੋਗਰਾਮ ਤੋਂ ਵੜ ਗਿਆ ਅੰਮੀ ਵੇਖੋ ਕਿੱਡੇ ਮਜ਼ੇ ਨਾਲ ਰਸ ਖਾਣ ਤੇ ਮਸਰੂਫ ਆ ਰਸ ਕੇ ਸਾਥ ਪਤਾ ਸੀ ਇਹਨਾਂ ਦਾ ਅੰਜਾਮ ਇਹੀ ਰਸ ਕੇ ਸਾਥ ਐਂਟਰਟੇਨਮੈਂਟ ਮਿਲ ਰਿਹਾ ਤੇ ਕੀ ਚਾਹੀਏ ਲੈ 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 ਬੋਲੋ ਜੀ ਕੀ ਚਾਹੀਦੀ ਤੁਸੀਂ ਮੈਂ ਫਾਇਰ ਕਰ ਮੇਰਾ ਬੋਲਾ ਸਾਰੇ ਅੱਜ ਲੈ 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 ਨਾ ਲੈ ਲੈ ਨਹੀਂ ਦੋ ਬਚ ਗਿਆ
ਨਵਾਂ ਲੈ ਕੇ ਆ, ਇਹਦੇ ਨਾਲ ਕੀ ਬਣਦਾ ਤੇਰਾ? ਭਾਈ ਨਾਜ਼ੁਕ ਚੀਜ਼ ਮਤ ਖਰਾਬ ਕਰੇ ਬਰਾਏ ਮਿਹਰਬਾਨੀ। ਦੰਦੀ ਮਾਰ ਗਿਆ ਪੈਰ ਨੂੰ, ਬਦਤਮੀਜ਼ ਬਿੱਲਾ ਪੈ ਗਿਆ ਪੈਰ ਨੂੰ। ਅੰਮੀ ਨੇ ਜਿਹੜਾ ਖਾਧਾ ਸੀ ਐਂਡ ਕਰਕੇ ਚੁੱਕ ਖਾਧਾ ਸੀ। ਕਹੀ ਜਾ ਤੇਰੇ ਕਹਿਣਾ ਮੈਨੂੰ ਕਿਹੜਾ ਅਸਰ ਪੈਣਾ। ਰੋਟੀ ਵੀ ਨਾ ਤੇਰੇ ਕੋਲ ਖਾਧੀ ਜਾਏ, ਕਹੇ ਚਾਵਲ ਬਣਾ ਫਿਰ ਮੈਂ ਵੀ ਪਲੇਟ ਭਰ ਕੇ ਖਾ ਲਾ। ਆਮੀਨ। A few moments later. ਸਾਡੀਆਂ ਗੱਲਾਂ ਇੰਝ ਚੱਲਦੀਆਂ ਰਹਿਣਗੀਆਂ। ਉਮੀਦ ਕਰਨੇ ਤੁਹਾਨੂੰ ਅੱਜ ਦਾ ਵਲੌਗ, ਅੱਜ ਦੀ ਵੀਡੀਓ ਬਹੁਤ ਪਸੰਦ ਆਈ। ਵੀਡੀਓ ਪਸੰਦ ਆਈ ਤਾਂ ਵੀਡੀਓ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਵੀਡੀਓ ਸ਼ੇਅਰ ਕਰ ਦਿਓ, ਪਿਆਰੇ 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 ਜੀ ਕਮੈਂਟ ਕਰ ਦਿਓ ਤੇ ਓਕੇ ਜੀ, ਅੱਲਾ ਹਾਫਿਜ਼।